ਜਦੋਂ ਤੁਸੀਂ ਜੇਲ੍ਹ ਪ੍ਰਸ਼ਾਸਨ ਨੂੰ ਮਿਲੇ, ਜੇਲ੍ਹ ਪ੍ਰਸ਼ਾਸਨ ਵਾਲੇ ਲੱਡੂ ਖਾ ਰਹੇ ਸੀ ਤੁਹਾਡੇ ਤੋਂ, ਕਿਸ ਤਰੀਕੇ ਦਾ ਰਿਐਕਸ਼ਨ ਸੀ ਉਹਨਾਂ ਦਾ? ਬਹੁਤ ਵਧੀਆ, ਉੱਥੋਂ ਦਾ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਦਾ ਅੱਗੇ ਵੀ ਵਤੀਰਾ ਵਧੀਆ ਸੀ ਅਤੇ ਉੱਦਣ ਵੀ ਉਹ ਬਹੁਤ ਖੁਸ਼ ਸੀ, ਸਾਰੇ ਜੇਲ੍ਹ ਪ੍ਰਸ਼ਾਸਨ ਵਾਲੇ ਬਹੁਤ ਖੁਸ਼ ਸੀ, ਉੱਥੇ ਜਿੰਨੇ ਵੀ ਸਾਨੂੰ ਲੋਕ ਮਿਲੇ ਸਾਰੇ ਬਹੁਤ ਖੁਸ਼ ਸੀ। ਜਿੱਦਾਂ ਹੁਣ ਕਦੋਂ ਕੁ ਤੱਕ ਬਾਹਰ ਆ ਜਾਣਗੇ ਭਾਈ ਅੰਮ੍ਰਿਤਪਾਲ ਸਿੰਘ, ਉਹਨੇ ਕੋਈ ਆਈਡੀਆ? ਕੋਈ ਅਜੇ ਤਾਂ ਕੋਈ ਆਈਡੀਆ ਨਹੀਂ ਹੈ। ਤੂੰ ਹੁਣ ਵੇਖੋ ਸਰਕਾਰਾਂ ਦੇ ਹੱਥ ਵਾਸਾ, ਸਰਕਾਰਾਂ ਨੂੰ ਚਾਹੀਦਾ ਵੀ ਜਿੰਨੀ ਸੰਗਤ ਨੇ ਵੋਟਾਂ ਪਾ ਕੇ ਜੀ ਵੱਡੀ ਲੀਟ ਨਚਦਾ ਇੰਨਾ ਫਤਵਾ ਦਿੱਤਾ, ਹੁਣ ਸਰਕਾਰਾਂ ਨੂੰ ਚਾਹੀਦਾ ਤੁਰੰਤ ਉਹਨਾਂ ਦੀ NSA ਹਟਾ ਕੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਸਾਰੇ ਸਿੰਘਾਂ ਨੂੰ। ਜੇਲ੍ਹ ਸੁਪਰਡੈਂਟ ਨੂੰ ਤਾਂ ਉੱਥੇ ਬੁਲਾਉਂਦੇ ਨੇ, ਉਹ ਕਿਸ ਤਰੀਕੇ ਨਾਲ ਆਉਣਗੇ ਜਾਂ ਤੁਸੀਂ ਚਾਹੁੰਦੇ ਹੋ ਉਸ ਤਰੀਕੇ ਨਾਲ ਲਿਆਇਆ ਜਾਵੇ ਜਾਂ NSA ਹਟਾ ਕੇ ਉਹਨਾਂ ਨੂੰ ਰਿਹਾਈ ਦੇ ਕੇ ਫਿਰ ਸਹੁੰ ਚੁਕਾਈ ਜਾਵੇ? ਦੇਖੋ ਹੁਣ ਸਹੁੰ ਦਾ ਤਾਂ ਉਹ ਦੇਣਗੇ ਐਲਾਨ ਕਰਨਗੇ, ਇੱਕ ਦੋ ਦਿਨ ਪਹਿਲੇ ਦੱਸਣਗੇ ਵੀ ਕਿੰਨੀ ਤਰੀਕ ਨੂੰ ਸਹੁੰ ਚੁੱਕ ਸਮਾਗਮ ਹੁੰਦਾ। ਹੁਣ ਇਹ ਨਹੀਂ ਪਤਾ ਵੀ ਉਹ ਕਿਹੜੇ ਤਰੀਕੇ ਨਾਲ ਲਿਆਉਂਦੇ, ਇਹ ਤਾਂ ਫਿਰ ਬਾਅਦ 'ਚ ਹੀ ਅਜੇ ਪਤਾ ਲੱਗਦਾ ਵੀ ਉਹ, ਅਸੀਂ ਤਾਂ ਚਾਹੁੰਦੇ ਹਾਂ ਵੀ ਉਹਨਾਂ ਦੀ NSA ਹਟਾ ਕੇ ਅਤੇ ਉਹਨਾਂ ਨੂੰ ਜਦੋਂ ਸਹੁੰ ਚੁੱਕ ਸਮਾਗਮ ਹੋਵੇ ਇੱਥੇ ਲਿਆਂਦਾ ਜਾਵੇ ਇਹਨਾਂ ਨੂੰ। ਸਾਡੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਨੇ, ਆਪਾਂ ਗੱਲਬਾਤ ਕਰ ਲੈਂਦੇ ਹਾਂ। ਮਾਤਾ ਜੀ, ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਮਿਲ ਕੇ ਆਏ ਹੋ, ਕਿਸ ਤਰੀਕੇ ਦਾ ਉਹਨਾਂ ਦਾ ਰਿਐਕਸ਼ਨ ਸੀਗਾ ਜੀ? 8 ਤਰੀਕ ਨੂੰ ਉਹਨਾਂ ਨੂੰ ਮਿਲੇ ਸੀ ਅਸੀਂ, ਬਹੁਤ ਵਧੀਆ ਸੀ, ਖੁਸ਼ੀ ਅਤੇ ਬਹੁਤ ਹੀ ਉਹਨਾਂ ਨੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਅਤੇ ਉਹਨੇ ਕਦਾ ਕਿਹਾ ਵੀ ਮੈਂ ਸੰਗਤਾਂ ਦਾ ਜਿੰਨਾ ਮੈਨੂੰ ਸੰਗਤਾਂ ਨੇ ਪਿਆਰ ਦਿੱਤਾ ਮੈਂ ਹਰ ਸਦਾ ਹੀ ਉਹਨਾਂ ਦਾ ਰਿਣੀ ਰਹੂੰਗਾ। ਬਾਕੀ ਸਾਨੂੰ ਵੀ ਉਹਨਾਂ ਨੇ ਕਿਹਾ ਵੀ ਸੰਗਤਾਂ ਦਾ ਵੱਧ ਵੱਧ ਤੋਂ ਚੜ੍ਹ ਕੇ ਹਰ ਪਿੰਡ ਜਾ ਕੇ ਸੰਗਤਾਂ ਦਾ ਧੰਨਵਾਦ ਕਰੋ। ਇਹ ਜਿਸ ਤਰੀਕੇ ਨਾਲ ਉਹਨਾਂ ਦੀ ਰਿਹਾਈ ਦੀ ਕੋਈ ਉਹਨਾਂ ਨੂੰ ਚਾਰਜੋਈ ਸ਼ੁਰੂ ਕਰ ਦਿੱਤੀ ਹੈ, ਕਿਸ ਤਰ੍ਹਾਂ ਸਰਕਾਰ, ਜਦੋਂ ਤੁਸੀਂ ਜੇਲ੍ਹ ਪ੍ਰਸ਼ਾਸਨ ਨੂੰ ਮਿਲੇ, ਜੇਲ੍ਹ ਪ੍ਰਸ਼ਾਸਨ ਵਾਲੇ ਲੱਡੂ ਖਾ ਰਹੇ ਸੀ ਤੁਹਾਡੇ ਤੋਂ, ਕਿਸ ਤਰੀਕੇ ਦਾ ਰਿਐਕਸ਼ਨ ਸੀ ਉਹਨਾਂ ਦਾ? ਬਹੁਤ ਵਧੀਆ, ਉੱਥੋਂ ਦਾ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਦਾ ਅੱਗੇ ਵੀ ਵਤੀਰਾ ਵਧੀਆ ਸੀ ਅਤੇ ਉੱਦਣ ਵੀ ਉਹ ਬਹੁਤ ਖੁਸ਼ ਸੀ, ਸਾਰੇ ਜੇਲ੍ਹ ਪ੍ਰਸ਼ਾਸਨ ਵਾਲੇ ਬਹੁਤ ਖੁਸ਼ ਸੀ, ਉੱਥੇ ਜਿੰਨੇ ਵੀ ਸਾਨੂੰ ਲੋਕ ਮਿਲੇ ਸਾਰੇ ਬਹੁਤ ਖੁਸ਼ ਸੀ। ਪਹਿਲੇ ਨਾਲੋਂ ਕੁਝ ਵੱਖਰਾ ਦਿਖਿਆ ਉਹਨਾਂ ਦੇ ਵਿੱਚ, ਪਹਿਲੇ ਨਾਲੋਂ ਵਤੀਰਾ ਹੋਰ ਵੱਖਰਾ ਹੋਇਆ ਜਦੋਂ MP ਬਣ ਗਏ ਨੇ? ਨਹੀਂ, ਸਹੀ ਸੀ, ਬਹਿ ਕੇ ਵੈਸੇ ਮੁਲਾਕਾਤ ਸਾਡੀ ਹੋਈ 4 ਘੰਟੇ, ਵਧੀਆ ਸੀ। ਅੱਗੇ ਵੀ ਉਹਨਾਂ ਦਾ ਇੱਦਾਂ ਥੋੜ੍ਹਾ ਚਿਰ ਵਿੱਚੋਂ ਹੋਇਆ ਜਦੋਂ ਕੈਮਰੇ ਕੁਮਰਿਆਂ ਦਾ, ਵੈਸੇ ਉੱਦਾਂ ਉਹਨਾਂ ਦਾ ਸਹੀ ਸੀ ਵਤੀਰਾ। ਜਿੱਦਾਂ ਹੁਣ ਕਦੋਂ ਕੁ ਤੱਕ ਬਾਹਰ ਆ ਜਾਣਗੇ ਭਾਈ ਅੰਮ੍ਰਿਤਪਾਲ ਸਿੰਘ, ਉਹਨੇ ਕੋਈ ਆਈਡੀਆ? ਕੋਈ ਅਜੇ ਤਾਂ ਕੋਈ ਆਈਡੀਆ ਨਹੀਂ ਹੈ। ਤੂੰ ਹੁਣ ਵੇਖੋ ਸਰਕਾਰਾਂ ਦੇ ਹੱਥ ਵਾਸਾ, ਸਰਕਾਰਾਂ ਨੂੰ ਚਾਹੀਦਾ ਵੀ ਜਿੰਨੀ ਸੰਗਤ ਨੇ ਵੋਟਾਂ ਪਾ ਕੇ ਏਡੀ ਵੱਡੀ ਲੀਟ ਨਚਦਾ ਇੰਨਾ ਫਤਵਾ ਦਿੱਤਾ, ਹੁਣ ਸਰਕਾਰਾਂ ਨੂੰ ਚਾਹੀਦਾ ਤੁਰੰਤ ਉਹਨਾਂ ਦੀ NSA ਹਟਾ ਕੇ ਉਹਨਾਂ ਦੀ ਰਿਹਾਈ ਕੀਤੀ ਜਾਵੇ ਸਾਰੇ ਸਿੰਘਾਂ ਨੂੰ। ਜਿਹੜੇ ਸਹੁੰ ਚੁੱਕਣ ਦੀ ਹੁੰਦੀ ਹੈ ਰਸਮ ਹੁੰਦੀ ਹੈ, ਉਹ ਕਦੋਂ ਤੱਕ ਹੋ ਜਾਣੀ ਹੈ? ਕਿਉਂਕਿ ਦੱਸਿਆ ਜਾਂਦਾ ਕਿ ਕਾਨੂੰਨ ਹੈ ਕਿ ਜਦੋਂ ਸਪੀਕਰ ਉਹਨਾਂ ਨੂੰ ਇਨਵਾਈਟ ਕਰਦੇ ਨੇ, ਨੋਟਿਸ ਕਰਕੇ ਭੇਜਦੇ ਨੇ ਜੇਲ੍ਹ ਸੁਪਰਡੈਂਟ ਨੂੰ, ਤਾਂ ਉੱਥੇ ਬੁਲਾਉਂਦੇ ਨੇ, ਉਹ ਕਿਸ ਤਰੀਕੇ ਨਾਲ ਆਉਣਗੇ ਜਾਂ ਤੁਸੀਂ ਚਾਹੁੰਦੇ ਹੋ ਉਸ ਤਰੀਕੇ ਨਾਲ ਲਿਆਇਆ ਜਾਵੇ ਜਾਂ NSA ਹਟਾ ਕੇ ਉਹਨਾਂ ਨੂੰ ਰਿਹਾਈ ਦੇ ਕੇ ਫਿਰ ਸਹੁੰ ਚੁਕਾਈ ਜਾਵੇ? ਦੇਖੋ ਹੁਣ ਸਹੁੰ ਦਾ ਤਾਂ ਉਹ ਦੇਣਗੇ ਐਲਾਨ ਕਰਨਗੇ, ਇੱਕ ਦੋ ਦਿਨ ਪਹਿਲੇ ਦੱਸਣਗੇ ਵੀ ਕਿੰਨੀ ਤਰੀਕ ਨੂੰ ਸਹੁੰ ਚੁੱਕ ਸਮਾਗਮ ਹੁੰਦਾ। ਹੁਣ ਇਹ ਨਹੀਂ ਪਤਾ ਵੀ ਉਹ ਕਿਹੜੇ ਤਰੀਕੇ ਨਾਲ ਲਿਆਉਂਦੇ, ਇਹ ਤਾਂ ਫਿਰ ਬਾਅਦ 'ਚ ਹੀ ਅਜੇ ਪਤਾ ਲੱਗਦਾ ਵੀ ਉਹ, ਅਸੀਂ ਤਾਂ ਚਾਹੁੰਦੇ ਹਾਂ ਵੀ ਉਹਨਾਂ ਦੀ NSA ਹਟਾ ਕੇ ਅਤੇ ਉਹਨਾਂ ਨੂੰ ਜਦੋਂ ਸਹੁੰ ਚੁੱਕ ਸਮਾਗਮ ਹੋਵੇ ਇੱਥੇ ਲਿਆਂਦਾ ਜਾਵੇ ਇਹਨਾਂ ਨੂੰ। ਜਦੋਂ ਪਹਿਲੀ ਵਾਰੀ ਜਦੋਂ ਜਾ ਕੇ ਉਹਨਾਂ ਨੂੰ ਦੱਸਿਆ ਭਾਈ ਸਾਹਿਬ ਨੂੰ ਕਿ ਤੁਸੀਂ ਜਿੱਤ ਗਏ, ਉਹਨਾਂ ਨੂੰ ਪਤਾ ਲੱਗਾ ਕਿ ਜੇਲ੍ਹ ਦੇ ਵਿੱਚ, ਤਾਂ ਕਿਸ ਤਰੀਕੇ ਦਾ ਰਿਐਕਸ਼ਨ ਸੀ? ਕੋਈ ਪਹਿਲੇ ਪਤਾ ਸੀ, TV ਲੱਗੇ ਉੱਥੇ, ਉਹਨਾਂ ਉੱਥੇ ਖਬਰਾਂ ਆਉਂਦੀਆਂ ਸੀ, ਉਹਨਾਂ ਨੂੰ ਪਹਿਲੇ ਪਤਾ ਸੀ, ਅਸੀਂ ਉੱਦਾਂ ਪਹਿਲੀ ਵਾਰ ਮਿਲੇ ਉੱਦਾਂ ਉਹਨਾਂ ਨੂੰ ਪਤਾ ਸੀ ਉੱਥੇ। ਕੋਈ ਸੁਨੇਹਾ ਦਿੱਤਾ ਉਹਨਾਂ ਨੇ ਆਪਣੇ ਸਾਥੀਆਂ ਵਾਸਤੇ ਜਾਂ ਉਹਨਾਂ ਦੇ ਪਰਿਵਾਰਾਂ ਵਾਸਤੇ? ਨਹੀਂ, ਉਹੀ ਉਹਨਾਂ ਨੇ ਕਿਹਾ ਸੰਗਤ ਨੇ ਮੈਨੂੰ ਬਹੁਤ ਪਿਆਰ ਦਿੱਤਾ ਵਾ ਅਤੇ ਸੰਗਤ ਦਾ ਧੰਨਵਾਦ ਕਰੋ ਬਸ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਜੀ, ਜਿਨ੍ਹਾਂ ਨੇ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਹੈ ਅਤੇ ਦੱਸਿਆ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਉਹਨਾਂ ਦੀ ਜਿੱਤ ਬਾਰੇ ਦੱਸਿਆ, ਉਹਨਾਂ ਤੋਂ ਪਹਿਲਾਂ ਹੀ ਉੱਥੇ TV ਦੇ ਵਿੱਚ ਉਹਨਾਂ ਨੇ ਖਬਰਾਂ ਦੇਖ ਚੁੱਕੇ ਅਤੇ ਉਹ ਜੇਲ੍ਹ ਪ੍ਰਸ਼ਾਸਨ ਦਾ ਜਿਹੜਾ ਵਰਤੀਰਾ ਸੀਗਾ ਉਹ ਕਾਫੀ ਵਧੀਆ ਰਿਹਾ ਹੈ। ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿੱਲ, ਖਬਰ ਹਰਪਲ ਇੰਡੀਆ, ਅੰਮ੍ਰਿਤਸਰ।